ਤੁਹਾਡੇ ਕੋਲ ਨੇ ਤੁਹਾਡੇ ਅੱਜ ਸਰਟੀਫਿਕੇਟ ਕੱਢੇ ਜਾਣ ਤੇ ਤੁਸੀਂ ਸਾਰੇ ਨਾਇਲ ਹੋ ਜਾਂਦੇ ਹੋ। ਲੇਕਿਨ ਕੀ ਹੈ ਕਿਉਂਕਿ ਅਸੀਂ ਮਾਫੀਆ ਸਾਡੇ ਪਾਕਿਸਤਾਨ ਦੇ ਵਿੱਚ ਇਹ ਲੋਕ ਮਾਫੀਆ ਬਣ ਗਏ। ਯੈਸ ਦੇ ਉਹ ਕੀ ਸੁਪਰੀਮ ਕੋਰਟ ਨੇ ਟਾਟਾ ਲੂਟ ਲਿਆ ਸੀ ਨਾ, ਪਾਕਿਸਤਾਨ ਦਾ ਪੈਸਾ। ਸਿਸਿਲੀਅਨ ਮਾਫੀਆ। ਹਾਂਜੀ, ਪਾਕਿਸਤਾਨ ਦਾ ਪੈਸਾ ਹੀ, ਸਾਡੇ ਗਰੀਬ ਲੋਕਾਂ ਦਾ ਪੈਸਾ, ਟੈਕਸ ਦਾ ਪੈਸਾ ਚੋਰੀ ਕਰ ਕਰਕੇ ਪਾਕਿਸਤਾਨ ਦੇ ਉੱਤੇ ਫਲਾਣਾ ਬੰਦਾ ਮਾਰ ਦਿਓ, ਫਲਾਣਾ ਬੰਦਾ ਇਹ ਕਰ ਦਿਓ, ਫਲਾਣਾ ਇਹ ਕਰ ਦਿਓ। ਜਿੰਨਾ ਵੀ ਫੰਡ ਰੇਜ਼ ਕੀਤਾ ਉਹ ਇੱਕ ਲੈਜੈਂਡ ਹੈ। ਬਿਲਕੁਲ ਉਹ ਸੁਪਰ ਸਟਾਰ ਹੈ, ਬਿਲਕੁਲ ਉਹ ਸੁਪਰ ਜਿੱਥੇ ਵੀ ਜਾਂਦਾ ਇੱਕ ਉਹਦਾ ਨਾਮ ਆਵਾਜ਼ ਹੀ, ਹਾਂਜੀ ਉਹਦਾ ਨਾਮ ਹੀ। ਤੁਸੀਂ ਦੇਖੋ ਨਾ ਇੰਡੀਅਨ ਐਕਟਰ ਨੂੰ ਲੈ ਲਓ, ਬਿਲਕੁਲ ਸਹੀ, ਅਮਿਤਾਭ ਨੂੰ ਲੈ ਲਓ, ਉਹਨੇ ਲੈ ਲਓ, ਉਹ ਸਾਰੇ ਨੇ ਇੰਨੇ ਫੰਡ ਰੇਜ਼ ਫ੍ਰੀ ਉਹਨੇ ਪ੍ਰੋਗਰਾਮ ਕਰਕੇ ਕਰ ਦਿੱਤੇ, ਬਿਲਕੁਲ ਕਰੋੜਾਂ ਦੇ ਹਿਸਾਬ ਨਾਲ ਫੰਡ ਰੇਜ਼ ਕਰਕੇ ਇਮਰਾਨ ਖਾਨ ਨੂੰ ਪਾਕਿਸਤਾਨ ਭੇਜੇ ਨੇ। ਬਿਲਕੁਲ ਸਹੀ। ਔਰ ਲਗਾਨ ਫਿਲਮ 'ਚ ਜਿਹੜਾ ਬੈਟ ਉਹਨੇ ਕੀਤਾ ਸੀ ਜਿਨਾ ਸ਼ੋਅ ਐਕਟਰ ਦਾ, ਉਹ ਵੀ ਜਨਾਬ ਉਹਨੇ ਇਮਰਾਨ ਖਾਨ ਨੂੰ ਗ੍ਰੇਟ ਕਰਤਾ ਸੀ, ਉਹ ਵੀ ਲਗਾ ਇਹਦੇ ਸਾਈਨ ਅਗਰ ਕਰੋੜਾਂ 'ਚ ਵਿਕ ਸਕਦੇ ਨੇ। ਬਿਲਕੁਲ, ਜਦੋਂ ਜਲਾਲ ਭਾਈ ਸਾਈਨ ਕਰੋੜਾਂ 'ਚ, ਬਿਲਕੁਲ ਉਹਨੇ ਜਿਹੜਾ ਬਣੀ ਪਤਾ ਹੈ ਇਹਨਾਂ ਨੂੰ, ਪਤਾ ਹੈ ਇਹਨਾਂ ਨੂੰ ਜਲਾਲ ਭਾਈ, ਸਭ ਪਤਾ ਹੈ ਇਹਨਾਂ ਨੂੰ। ਲੇਕਿਨ ਕਹਿੰਦੇ ਨੇ ਨਾ ਕਿ ਚੋਰ ਮਚਾਏ ਸ਼ੋਰ, ਜਿਹੜੇ ਚੋਰ ਨੇ ਨਾ, ਬੜੀ ਕਿੰਨੀ ਅੱਛੀ ਕਹਾਵਤ ਹੈ ਕਿ ਚੋਰ ਮਚਾਏ ਸ਼ੋਰ। ਸਵੇਰ ਦੇ ਜੀ ਕੋਈ 100 ਕੋ ਬੰਦਾ ਟੀਵੀ ਤੇ ਆ ਗਿਆ ਇਮਰਾਨ ਖਾਨ ਨੇ ਕਰ ਰਿਹਾ। ਦੇਖੋ ਅੱਛਾ, ਕੱਲ ਪ੍ਰੀ ਪ੍ਰੋਗਰਾਮ ਸੀ, ਅੱਛਾ ਕੱਲ ਜਿਸ ਤਰ੍ਹਾਂ ਹੀ ਉਸ ਉਹ ਜਿਹੜਾ 2 ਨੰਬਰ ਇਲੈਕਸ਼ਨ ਕਮਿਸ਼ਨਰ ਸੀ ਉਹਨੇ ਜਦੋਂ ਐਲਾਨ ਕੀਤਾ ਨਾ, ਅੱਜ ਬੜੀ ਮਜ਼ੇ ਦੀ ਗੱਲ ਹੈ ਕਿ ਸਾਡਾ ਇੱਕ ਐਂਕਰ ਕਹਿੰਦਾ ਕਿ ਉਹਨਾਂ ਨੇ ਹਰ ਬੰਦੇ ਨੂੰ ਇੱਕ ਲਫ਼ਜ਼ ਇੱਕ ਲਿਖ ਕੇ ਦਿੱਤਾ ਕਿ ਤੂੰ ਆਪਣੀ ਕਾਨਫਰੰਸ ਕਰਨੀ ਹੈ, ਇਹ ਤੇ ਇਹ ਬੋਲਣੇ ਨੇ ਲਫ਼ਜ਼ ਇਮਰਾਨ ਖਾਨ ਵਾਸਤੇ, ਇਹਦੇ ਤੇ ਇਹ ਬੋਲਣੇ। ਔਰ ਮਜ਼ੇ ਦੀ ਗੱਲ ਹੈ, ਮਰੀਮ ਉਹ ਮੁੱਛੜ ਜਿਹੜਾ ਹੈ, ਔਰ ਮਤਲਬ ਕਿਹੜਾ ਬੰਦਾ ਐਸਾ ਹੈ ਜਿਹਨੇ ਚੋਰ ਚੋਰ ਦੇ ਨਾਰੇ ਲਗਾਏ ਔਰ ਇਹਨੇ ਉਸ ਫੈਮਿਲੀ ਨੂੰ ਇੰਨੀ ਅਜ਼ੀਅਤ ਦਿੱਤੀ, ਇੰਨਾ ਉਹਨਾਂ ਨੂੰ ਥ੍ਰੈਟ ਕੀਤਾ। ਉਮਰ ਕੀ ਨਾ ਸੀ, ਕਮਰ ਜ਼ਮਾਨ ਕਰ ਰਿਹਾ ਸੀ, ਇਹਦੇ ਕੋਲ ਕਰਾਇਆ ਸੀ, ਇੰਨਾ ਥ੍ਰੈਟ ਕਰਵਾ ਕੇ ਉਹਦੇ ਕੋਲ ਮਾਫੀ ਮੰਗਵਾਈ, ਘਰ ਬੁਲਾਇਆ ਜ਼ਬਰਦਸਤੀ। ਮਜ਼ੇ ਦੀ ਗੱਲ ਇਹ ਕਿ ਜਿਹੜੇ ਡਾਕਟਰ ਨੇ ਉੱਥੇ ਖੜੇ ਹੋ ਕੇ ਕਿਹਾ ਨਾ ਕਿ ਤੂੰ ਇੱਥੇ ਕੀ ਲੈਣਾ ਹੈ, ਸਾਡੇ ਓਵਰਸੀਜ਼ ਪਾਕਿਸਤਾਨੀਆਂ ਦੇ ਮਤਲਬ ਜਿਹੜੇ ਤੁਸੀਂ ਵੋਟਿੰਗ ਦਾ ਹੱਕ ਖੋ ਲਿਆ, ਲੇਕਿਨ ਤੂੰ ਇੱਥੇ ਕੀ ਲੈਣਾ ਹੈ। ਮੇਰਾ ਮਤਲਬ ਇਹ ਕਿ ਸ਼ਾਇਦ ਬਗੈਰਤ ਇਨਸਾਨ ਹੀ ਹੋ ਸਕਦਾ ਜਿਹੜਾ ਉੱਥੇ ਬੈਠਾ ਰਿਹਾ। ਸਟਾਰਟ ਹੀ ਇੱਥੋਂ ਹੋਈ ਸੀਗਾ, ਸਟਾਰਟ ਹੀ ਇੱਥੋਂ ਹੋਈ, ਔਰ ਉਹਨੂੰ ਜਵਾਬ ਦਿੰਦਾ ਨਾ, ਉਹਦੇ ਤੇ ਆਪਣਾ ਮਾਫੀਆ ਪੁਣਾ ਜਿਹੜਾ ਸੀ ਨਾ ਉਹਦੇ ਤੇ ਅਜ਼ਮਾਉਂਦਾ। ਲੇਕਿਨ ਕਿਉਂਕਿ ਉੱਥੇ ਅਜ਼ਮਾ ਨਹੀਂ ਸਕਦਾ ਸੀ, ਔਰ ਇਹ ਵਿਚਾਰੇ ਗਰੀਬ ਲੋਕ ਜਿਨ੍ਹਾਂ ਨੇ ਹਕੀਕਤ ਤੇਰੀ ਦੱਸੀ ਤੇ ਤੂੰ ਉਹਨੂੰ, ਇਹਨਾਂ ਨੇ ਉਹ ਤੇ ਇੰਨਾ ਪ੍ਰੈਸ਼ਰ ਉਹਨਾਂ ਤੇ ਵਿਚਾਰਿਆਂ ਤੇ ਪਾਇਆ ਕਿ ਉਹਨਾਂ ਨੂੰ ਜ਼ਬਰਦਸਤੀ ਘਰ ਬੁਲਾ ਕੇ ਤੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਆਫਰ ਕੀਤੀ ਸੀ ਕਿ ਅਸੀਂ ਵੀਡੀਓ ਬਣਾ ਕੇ ਤੁਹਾਨੂੰ ਭੇਜ ਦਿੰਦੇ ਹਾਂ, ਸਾਨੂੰ ਘਰ ਨਾ ਬੁਲਾ। ਹਾਂ, ਲੇਕਿਨ ਇਹਨਾਂ ਨੇ ਮਾਫੀਆ ਭੇਜ ਕੇ ਉਹਨਾਂ ਇੰਨਾ ਪਟਰਾਇਆ ਉਸ ਫੈਮਿਲੀ ਨੂੰ ਕਿ ਇਹਨਾਂ ਨੂੰ ਮਾਰ ਨਾ ਦਿੱਤਾ ਜਾਏ। ਬਿਲਕੁਲ, ਉਹ ਵਿਚਾਰੇ ਮਜਬੂਰ ਹੋ ਜਾਣਾ ਸੀ, ਭੋਜਨ ਕਰ ਦੇਣਾ ਸੀ, ਕਿਉਂਕਿ ਦੇਖੋ ਜੀ ਇਹਨਾਂ ਵਾਸਤੇ ਤੇ ਬੰਦਾ ਮਾਰਨਾ ਬਹੁਤ ਵੱਡੀ ਗੱਲ ਨਹੀਂ ਹੈ। ਹਾਂ, ਤਾਂ ਬੱਚਾ ਮਾਰਨ ਵਾਲੀ ਗੱਲ। ਬਿਲਕੁਲ, ਲੇਕਿਨ ਕੀ ਹੈ ਕਿ ਹੁਣ ਜਲਾਲ ਭਾਈ, ਹੁਣ ਖੁਦਾ ਦੀ ਲਾਠੀ ਇਹਨਾਂ ਤੇ ਚੱਲ ਗਈ, ਉਹ ਤੇ ਚੱਲਣੀ ਚਾਹੀਦੀ। ਹੁਣ ਇਹਨਾਂ ਦਾ ਆ ਗਿਆ ਬੁਰਾ ਟਾਈਮ ਸ਼ੁਰੂ, ਉਲਟੀ ਗਿਣਤੀ ਸ਼ੁਰੂ, ਵਿੱਚ ਹੀ ਜ਼ਰਦਾਰੀ, ਵਿੱਚ ਹੀ ਉਹਦਾ ਉਹ ਬਿੱਲੋ ਰਾਣੀ ਬਲਾਵਲ, ਵਿੱਚ ਹੀ ਜਿੰਨੇ ਵਿੱਚ ਹੀ ਹੈ ਹਮਜ਼ਾ ਮੁਰਗੀ, ਸਭ ਦੇ ਇਸ ਤੋਂ ਵੱਡੀ ਕਿਹੜੀ ਹੋ ਸਕਦਾ ਹੈ ਕਿ ਮੁਲਕ ਦਾ ਵਜ਼ੀਰ ਆਜ਼ਮ ਸਦਰ ਰਹਿ ਚੁੱਕਾ ਹੈ ਤੇ ਅੱਲਾਹ ਤਾਲਾ ਨੇ ਇੱਕ ਖੁਸਰਾ ਦਿੱਤਾ ਹੈ। ਦੇਖੋ ਜੀ, ਕਸਰ ਖਤਮ ਕਰਤੀ, ਇਸ ਤੋਂ ਵੱਡੀ ਬਾਕੀ ਦੇ ਜਿਹੜੇ ਹੈਂਕੀ ਪੈਂਕੀ ਵਾਲੇ ਬੱਚੇ ਤੇ ਬਹੁਤ ਸਾਰੇ ਇਕੱਠੇ ਕਰ ਸਕਦਾ ਉਹ, ਲੇਕਿਨ ਜਿਹਨੂੰ ਉਹ ਅੱਗੇ ਲੈ ਕੇ ਆਪਣਾ ਨਿਸ਼ਾਨ ਲੈ ਕੇ ਆ ਰਿਹਾ ਨਾ, ਉੱਥੋਂ ਹੀ ਅੱਲਾ ਨੇ ਉਹਦੀ ਨਸਲ ਬੰਦ ਖਤਮ ਕਰ ਦਿੱਤੀ। ਇਸ ਤੋਂ ਵੱਡੀ ਸਜ਼ਾ ਕੀ ਹੋ ਸਕਦੀ ਹੈ? ਇੱਥੇ ਜਿਹੜਾ ਤੇਰੀ ਮਾਂ ਨੂੰ ਕਤਲ ਕੀਤਾ ਗਿਆ ਸੀ ਨਾ, ਤੁਸੀਂ ਸ਼ਾਇਦ ਦੇਖਿਆ ਹੋਵੇ, ਲੰਡਨ ਦੇ ਵਿੱਚ ਇੱਕ ਕੁੜੀ ਦੇ ਖੱਬੇ ਪਾਸੇ ਇੱਕ ਸੱਜੇ ਡਰੋਂਗ ਸੀ, ਔਰ ਇਹ ਜਨਾਬ ਉਹਦੇ ਅਫਸੋਸ ਮਨਾ ਰਿਹਾ ਸੀ। ਅਖਬਾਰਾਂ ਦੇ ਵਿੱਚ ਆਇਆ, ਪ੍ਰਿੰਟ ਹੈ, ਮੈਂ ਕਈ ਤਰ੍ਹਾਂ ਆਪਣੀ ਫੇਸਬੁੱਕ ਤੇ ਵੀ ਲਾਇਆ, ਇਹ ਜੀ ਆਪਣਾ ਇਹਦੇ ਮਾਂ ਨੂੰ ਕਤਲ ਕਰਦਾ, ਅਫਸੋਸ ਮਨਾ ਸ਼ਰਾਬੀ ਹੋਇਆ ਸੀ। ਔਰ ਉੱਥੇ ਗੇ ਜਿੰਨੀਆਂ ਵੀ ਇੱਥੇ ਕਲੱਬਾਂ ਨੇ ਨਾ, ਇਹ ਸਾਰੀਆਂ ਦਾ ਮੈਂਬਰ ਹੈ। ਮੇਰੇ ਕੋਲ ਇਹਦਾ ਲਿਵਿੰਗ ਪ੍ਰੂਫ ਹੈਗੇ ਨੇ, ਆਪਣੇ ਸਾਡੇ ਉੱਥੇ ਇੱਕ ਰੈਸਟੋਰੈਂਟ ਹੈ ਲੰਡਨ ਦੇ ਵਿੱਚ, ਜਿੱਥੇ ਉੱਥੇ ਜਾ ਕੇ ਬਹਿ ਕੇ ਗੋਰੇ ਨਾਲ ਖੜਦਾ ਸੀ, ਜੀ ਗਲਤ ਹਰਕਤਾਂ ਕਰਦਾ ਸੀ। ਬਾਚੀ ਉਹਦੇ ਕੋਲ ਵੀਡੀਓ ਹੈਗੀ ਹੈ, ਮੈਂ ਉਹਨਾਂ ਦਾ ਨਾਂ ਨੀ ਲੈਣਾ ਚਾਹੁੰਦਾ, ਮੈਨੂੰ ਨਾਰਾਜ਼ ਹੋ ਜਾਣਗੇ। ਮੈਂ ਉਹਨਾਂ ਦੀ ਬੜੀਆਂ ਮਿੰਨਤਾਂ ਕੀਤੀਆਂ, ਮੈਨੂੰ ਲਈ ਇੱਕ ਵੀਡੀਓ ਦੇ ਦਿਓ ਤਾਂ ਮੈਨੂੰ ਵਾਇਰਲ ਕਰਾਂ, ਤਾਂ ਕਿ ਪਤਾ ਲੱਗੇ ਸਾਡੇ ਨਹੀਂ ਜਲਾਲ ਭਾਈ, ਉਹ ਤੇ ਸਾਰੀ ਦੁਨੀਆ ਨੂੰ, ਸਾਰੇ ਪਾਕਿਸਤਾਨ ਨੂੰ ਉੱਥੇ ਪਤਾ ਲੱਗ ਗਿਆ। ਇਸ ਤੋਂ ਵੱਡਾ ਕਿਹੜਾ ਜ਼ੁਲਮ ਹੈ? ਇਸ ਤੋਂ ਵੱਡਾ ਖੁਦਾ ਦਾ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ। ਦੇਖੋ ਸਾਡੇ ਪਾਕਿਸਤਾਨ ਚ ਮੈਂ ਤੇ ਇੱਕ ਆਪਣੀ
टिकटॉक मैं बनानी हाँ और मैं अपनी टिकटॉक से कहा कि यार हूं साडे मुल्क ते ऐसा बुरा वक्त आ सकता है कि हिजड़े जड़े ने ना वो साडे हुकूमत करन ते अल्लाह माफ करे पंजाबी मामा चलने अपने तीर चलान ते डाकू कुमरानी करते बिल्कुल सही। ते हुण तुसीं साफ ये दसो कि पंजाब दी हुकूमत साडे चौधरी जी साहब मैं नूं अपने इहनां दी फैमिली दा की बनना है चौधरी परवेज भाई ते थोड़ा जिहा तरस भी आंदा है कि सही जिहड़ी ज्यादती है उहदे नाल कर गए ने करके और फिर उहदा बेटा जब हालांकि उन्नीस भाई सौ नु ऐ नहीं सी करना नहीं चाहिए था, करना भाई जिथे भी खड़ा सी ओदे नाल खड़ा होना चाहिए था सी। हाँ और जिहड़ा केड़ा चीमा बशीर चीमा अज लगा हाँ सी जी देखो उहनूं देखो गल नहीं करन दित्ती उहदे पिआर ते उन्हें मैं बोलना एक बंदा बोल ही नहीं सकता बोल ही नहीं सकता। उन्हें हाँ तुसी की देखो करना होर उन्हें उसका तुसी की हाँ करना। मैं हाँ बाजी जी 2 साल पहले इतने आया सी मेरे को जी जी बिल्कुल इमली करो खाना खा के बेचारा एकदम बेड पे डिग पा सही। इन्हों नहीं जब दस देखो ना पंद्रह उन्हें मिनट अपनी वो बोल नहीं नेकी सकता भी संभाल हुण ते सकता है बिल्कुल मतलब रह गया दुनिया में ना तो बिल्कुल तक तो 1.5 साल पुरानी गल कर रहे सही हैं सही तो गल है कि देखो ना हुण जड़ा बड़ा अपने आप नूं प्राइम मिनिस्टर मैं तेनों क्राइम मिनिस्टर करना वो है प्राइम इन्हें मिनिस्टर। 50 रुपए के स्टाम ते अच्छो जी अमी हाँ अब्दुल देखो जी नासिर ये नू गलतियां। हाँ किया जी सी सॉरी ਤੁਹਾਡੇ ਕੋਲ ਵਿੱਚ ਬ੍ਰੇਕ ਆ ਗਈ ਸੀ हाँ जी बिल्कुल ਹਾਂ ਜੀ ਬ੍ਰੇਕ ਹਾਂ ਆ ਜੀ ਗਈ ਸੀ ਥੋੜੀ ਜਿਹੀ ਹਾਂ ਜੀ ਕਿਉਂਕਿ ਅਸੀਂ ਸ਼ਾਇਦ ਇਮੋਸ਼ਨਲ ਹੋ ਜਾਂਦੇ ਹਾਂ ਤੇ ਬਾਕੀ ਉਹ ਫਿਰ ਹਰ ਬੰਦਾ ਜਿਹੜਾ ਜਿਹੜਾ ਪਾਕਿਸਤਾਨ ਨੂੰ ਪਾਕਿਸਤਾਨ ਨੂੰ ਮੁਹੱਬਤ ਪਿਆਰ ਕਰਦਾ ਨਾ ਜਿਹੜੇ ਸਹੀ ਜ਼ੁਲਮ ਕਰ ਰਹੇ ਨੇ ਸਹੀ ਹਰ ਬੰਦਾ ਜਿਹੜਾ ਇਮੋਸ਼ਨਲ ਹੋ ਜਾਂਦਾ ਹੈ ਹੋ ਤੁਹਾਡਾ ਜਾਂਦਾ ਕਸੂਰ ਹੀ ਨਾ ਮੇਰਾ ਕਸੂਰ ਹੈ ਸਹੀ ਤੁਸੀਂ ਕਿਸੇ ਨਾਲ ਤੁਰੇ ਜਾਂਦੇ ਪਾਕਿਸਤਾਨ ਇਹਨੇ ਗੱਲ ਕਰੋਗੇ ਨਾ ਉਹ ਬਿਲਕੁਲ ਪਹਿਲੇ ਸਹੀ 4 ਘਰਾਂ ਕੱਢਦਾ ਬਿਲਕੁਲ ਤੇਰੇ ਸਹੀ ਨਾਲ ਨਾਲ ਇਹ ਬਿਲਕੁਲ ਤੇ ਸਹੀ ਹਾਲ ਹੈ ਬਿਲਕੁਲ ਇਹ ਸਹੀ ਦੇਖਣਾ ਇਮਰਾਨ ਖਾਨ ਜਿਹੜਾ ਇੱਕ ਦੁਨੀਆ ਦਾ ਇੱਕ ਸੁਪਰਸਟਾਰ ਲੈਜੈਂਡ ਹੈ ਲੈਜੈਂਡ ਵਰਲਡ ਦਾ ਲੈਜੈਂਡ ਹੈ ਬਿਲਕੁਲ ਉਹਦੇ ਬਿਲਕੁਲ। ਬਤਾਨ ਲਾ ਰਹੇ ਨੇ ਤੇ ਉਹ ਕੋ ਗੁਵਾ ਉਹ ਗਵਾਲ ਲੇਕਿਨ ਮੰਡੀ ਦਾ ਕੋ ਫਰਾਡੀ ਹੈ ਲੇਕਿਨ ਪਤਾ ਹਾਂ ਕੀ ਜਲਾਲ ਭਾਈ ਸਾਡੇ ਇਮਰਾਨ ਖਾਨ ਦਾ ਡਾਇਲੌਗ ਸੀ ਨਾ ਜਿਸ ਦਿਨ ਉਹ ਡਾਇਰੀ ਪਕੜ ਕੇ ਗਿਆ ਕਿ ਜਾਓ ਦੇਖੋ ਬਾਹਰ ਕੋਈ ਕੋਈ ਰਹਿ ਤਾਂ ਰਹਿ ਨਹੀਂ ਤਾਂ ਨਹੀਂ ਗਿਆ ਗਿਆ ਜੋ ਮੇਰੇ ਖਿਲਾਫ ਨਹੀਂ ਹੈ ਤੇ ਅਸੀਂ ਅਜੇ ਇਹਨਾਂ ਨੂੰ ਆਫਰ ਕਰਦੇ ਆ ਕਿ ਕੋਈ ਐਸਾ ਹਰਬਾ ਰਹਿ ਤਾਂ ਨਹੀਂ ਗਿਆ ਜਿਹੜਾ ਤੁਸੀਂ ਇਮਰਾਨ ਖਾਨ ਤੇ ਇਸਤੇਮਾਲ ਕਰਨਾ ਹੈ ਕਿਉਂਕਿ ਤੁਹਾਡੇ ਸਾਰੇ ਹੀ ਹਰਬੇ ਜਿਹੜੇ ਨੇ ਨਾ ਉਹ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਫੇਲ ਹੋਣੇ ਨੇ। ਤੁਸੀਂ ਹਰ ਜਗ੍ਹਾ ਤੇ ਆਪਣੇ ਮੂੰਹ ਦੀ ਖਾਣੀ ਹੈ, ਇਹ ਤੁਸੀਂ ਆਪਣੇ ਅੱਗੇ ਕੰਡੇ ਖੁਦ ਹੀ ਬਿਖੇਰ ਰਹੇ ਹੋ, ਕਿਸੇ ਵੀ ਦੂਸਰੇ ਨੂੰ ਮਿਹਨਤ ਕਰਨ ਦੀ ਜ਼ਰੂਰਤ ਹੀ ਜ਼ਰੂਰਤ ਨਹੀਂ ਹੀ ਪੈ ਕੋਈ ਰਹੀ। ਨਹੀਂ ਹੈ ਤੁਸੀਂ ਆਪਣਾ ਫਿਊਚਰ ਆਪਣੇ ਬੱਚੇ ਦਾ ਤੁਹਾਡਾ ਖਤਮ ਹੋ ਚੁੱਕਿਆ, ਪਾਕਿਸਤਾਨ ਚੋਂ ਤੁਹਾਨੂੰ ਕੱਢਣਾ ਜ਼ਰੂਰੀ ਹੋ ਗਿਆ ਕਿਉਂਕਿ ਪਾਕਿਸਤਾਨ ਤਦ ਹੀ ਔਰ ਜਿਸ ਬਚ ਤਰ੍ਹਾਂ ਸਕਦਾ। ਡੰਗਰ ਦੇ ਉੱਤੇ ਗਰਮ ਲੋਹੇ ਨਾਲ ਸਟੈਂਪ ਲਾਉਂਦੇ ਬਿਲਕੁਲ ਇਹਨਾਂ ਦੇ ਬਿਲਕੁਲ ਮੱਥੇ ਦੇ ਉੱਤੇ ਚੋਰ ਦੀ ਸਟੈਂਪ ਲੱਗ ਲੱਗ ਚੁੱਕੀ ਹੈ। ਮਾਫੀਆ ਔਰ ਪਾਕਿਸਤਾਨ ਨੂੰ ਲੁੱਟਣ ਵਾਲੇ ਲੁਟੇਰੇ। ਔਰ ਦੇਖੋ ਅੱਛਾ ਮੈਨੂੰ ਜਲਾਲ ਭਾਈ ਅੱਜ ਕਿਸੇ ਨੇ ਕੱਲ ਭੇਜਿਆ ਬਿੱਲ, ਜੀ ਜੀ ਬਿੱਲ ਭੇਜਿਆ ਕਿ ਉਹਦਾ ਯੂਨਿਟ 173 ਯੂਨਿਟ ਚੱਲਿਆ। 8,000 ਦਾ ਬਿੱਲ ਆ ਗਿਆ ਐਗਜੈਕਟਲੀ ਨਹੀਂ 10,000 ਦਾ। ਦਸ ਅੱਛਾ ਹਜ਼ਾਰ ਮੈਂ ਦਾ ਤੁਹਾਨੂੰ ਦੱਸਾਂ ਮੇਰੇ ਅੱਜ ਮਿਲਣ ਵਾਲੇ ਨੇ, ਉਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਕੀਤਾ ਕਿਉਂਕਿ ਮੁਹਰਮ ਸ਼ੁਰੂ ਨੇ ਤੇ ਜ਼ਾਹਰ ਹੈ ਅੱਲਾ ਦੇ ਨਾਂ ਤੇ ਜੀ ਅਸੀਂ ਜੀ ਸਾਡੇ ਮੌਲਾ ਦੇ ਪਾਕਿਸਤਾਨ ਨਾਂ ਦੇ ਜੀ ਦੀਆਂ ਜਿਹੜੀਆਂ ਅੱਜ ਲਿਆਜ਼ਾਂ ਇਮਰਾਨ ਹੁੰਦੀਆਂ ਨੇ ਉਹ ਖਾਨ ਦੇਣੇ ਪਾਪੜ ਹਨ ਸ਼ਰੀਫ ਮਾਸ਼ਾਅੱਲਾ ਗਏ ਜੀ। ਆ ਬਿਲਕੁਲ ਮੈਂ ਵੀ ਪਾਕਪਤਨ ਦੀ ਜੀ ਬੜੀ ਜੀ ਅਗਰੀ ਹਾਂ, ਮੈਂ ਬਹੁਤ ਮਾਣ ਅਰੇ ਰਹੀ ਨੇ ਹਾਂ ਦਿਮਾਗ ਸਰਕਾਰ ਦੀ ਬਿਲਕੁਲ ਹਾਂ ਤੇ ਨਹੀਂ ਇਨਸ਼ਾਅੱਲਾ ਹਾਂ ਇਨਸ਼ਾਅੱਲਾ। ਅੱਛਾ ਉਹ ਦੇਖੋ ਮੈਂ ਨਾ ਉਹਨੂੰ ਵੈਸੇ ਜਰਨਲੀ ਗੱਲ ਕੀਤੀ ਨਿਆਜ਼ ਵਾਸਤੇ ਤੇ ਜੀ ਉਹ ਪਰੇਸ਼ਾਨ ਕੁਝ ਕਹਿੰਦੇ ਮੇਰੇ ਘਰ ਦੇ ਵਿੱਚ ਮਹੱਲੇ ਦੇ ਵਿੱਚ ਮਤਲਬ ਮੇਰਾ ਜਾਣਨ ਵਾਲਾ ਬੱਚਾ ਹੀ ਹੈ ਮੇਰੇ ਕੋਲ ਆ ਕੇ ਬੈਠਦਾ ਹੈ, ਉਹਦੇ ਘਰ ਦਾ ਬਿੱਲ ਆ ਗਿਆ 10,000 ਰੁਪਏ। ਠੀਕ ਹੈ ਉਹ ਉੱਥੇ ਨਹੀਂ ਸੀ ਔਰ ਉਸ ਬੱਚੇ ਨੇ ਜਲਾਲ ਭਾਈ ਉਸ 10,000 ਵਾਸਤੇ ਉਹਨੇ ਬੀਵੀ ਨੂੰ ਲੜਾਈ ਕੀਤੀ ਕਾਚ ਕਿ ਲੜਾਈ ਹੋਣੀ ਤੂੰ ਹੈ ਬਲਾ ਬੰਦ ਕਰ, ਪੱਖੇ ਬੰਦ ਕਰ, ਉਹ ਕਰ ਉਹ ਕਰ। ਛੋਟੇ ਛੋਟੇ ਬੱਚੇ ਬਿਲਕ ਰਹੇ ਨੇ ਘਰ ਚ ਗਰਮੀ ਨਾਲ ਭੁੱਖ ਨਾਲ ਔਰ ਉਹਨੇ ਬੀਵੀ ਨੇ ਕਿਹਾ ਕਿ ਮੈਂ ਤੇ ਕੁਝ ਵੀ ਨਹੀਂ ਜਲਾਉਂਦੀ, ਤੁਸੀਂ ਯੂਨਿਟ ਚੈੱਕ ਕਰੋ। ਯੂਨਿਟ ਦੇਖੇ ਸਭ ਤੋਂ ਥੋੜੇ ਔਰ ਉਹਦਾ ਬਿੱਲ ਆਇਆ 10,000। ਐਵੇਂ ਬਿੱਲ ਪਾਈ ਜਾਂਦੇ ਅੱਛਾ ਨੇ 10,000 ਬਿੱਲ ਆਇਆ ਉਹ ਨਹੀਂ ਦੇ ਸਕਿਆ, ਜਲਾਲ ਭਾਈ ਉਹਨੇ ਖੁਦਕੁਸ਼ੀ ਕਰ ਲਈ। ਹਾਂ ਦੇਖੋ ਇਸ ਤੋਂ ਵੱਡਾ ਜ਼ੁਲਮ ਕਿਹੜਾ ਹੋ ਸਕਦਾ ਹੈ ਬਾਜੀ ਕਿੰਨੀਆਂ ਇੱਕ ਮੌਤਾਂ ਹੋਈਆਂ ਨੇ ਔਰ ਹਰ ਖੂਨ ਇਹਨਾਂ ਦੇ ਸਿਰ ਤੇ। ਇੱਕ ਤਾਂ ਮੈਂ ਹੋਰ ਤਾਂ ਗੱਲ ਰਿਮਾਈਂਡ ਕਰਾਉਣਾ ਹੈ ਕਿ ਯਾਦ ਹੈ ਓਬਾਮਾ ਦੀ ਹਕੂਮਤ ਸੀ ਅਮਰੀਕਾ ਚ ਜੀ ਜੀ ਇਹ ਬਿੱਲੋ ਰਾਣੀ ਹਾਂ ਜੀ ਇੰਗਲੈਂਡ ਗਈ ਸੀ ਤੇ ਇਹਨੂੰ 7 ਅਰਬ ਰੁਪਇਆ ਜਾਂ 9 ਅਰਬ ਰੁਪਇਆ ਉੱਥੋਂ ਆਪਣੀ ਤਾਲੀਮ ਦੀ ਇਸਲਾਹ ਕਰਨ ਵਾਸਤੇ ਦਿੱਤਾ ਗਿਆ ਸੀ ਦਿੱਤਾ ਕਿਹਨੇ ਅੱਜ ਤੱਕ ਦਿੱਤਾ ਬਿਲਕੁਲ ਉਹ ਦੇਖੋ ਨਾ ਉਹਨਾਂ ਨੇ ਇਹਦੇ ਜਵਾਬ ਹੀ ਇਲਾਵਾ ਨਹੀਂ ਨਾ ਇਹਦੇ ਉਹਨਾਂ ਨੇ ਇਹਦਾ ਜਨਾਬ ਚਾਚਾ ਹਜ਼ੂਰ ਜੋ ਕਰਪਟ ਵਜ਼ੀਰ ਆਜ਼ਮ ਮੌਜੂਦਾ ਨੇ ਸ਼ਬਾਸ਼ ਬਿਲਕੁਲ ਸ਼ੋਬਾ ਸ਼ਰੀਫ ਸਾਹਿਬ ਬਿਲਕੁਲ ਜਿਹਨੂੰ ਸਾਡੇ ਪਾਕਿਸਤਾਨ ਚ ਜ਼ਲਜ਼ਲਾ ਆਇਆ ਸੀ ਸਹੀ ਇੱਥੇ ਕਰੋੜਾਂ ਪੌਂਡ ਜਿਹੜਾ ਅੱਜ ਅਖਬਾਰ ਚ ਵੀ ਆਇਆ ਸੀ ਆਇਆ ਸੀ ਇਹ ਜ਼ਰਦੇ ਲੈ ਕੇ ਹੜਪ ਕਰ ਗਿਆ ਖਾ ਗਿਆ
ਇਹ ਲੋਕ ਉਸ ਸ਼ਖਸ ਦੇ ਉੱਤੇ ਬਤਾਨ ਲਾ ਰਹੇ ਨੇ ਨਹੀਂ ਹੁਣ ਪਤਾ ਕੀ ਦੇਖੋ ਇਹਨਾਂ ਦੇ ਇਹਨਾਂ ਨੇ ਆਪਣੇ ਪੈਰਾਂ ਤੇ ਆਪੇ ਕੁਲਾੜੇ ਮਾਰੇ ਅਗਰ ਉਹਨੂੰ ਇਹਨਾਂ ਨੇ ਪਰੋਲਿਆ ਜਿਹਦੇ ਵਿੱਚ ਕੁਝ ਵੀ ਨਹੀਂ ਨਿਕਲਿਆ ਹੈ ਹੀ ਕੁਛ ਨਹੀਂ ਨਿਕਲਿਆ ਕੀ ਬਾਜੀ ਕੁਝ ਵੀ ਨਹੀਂ ਨਿਕਲਿਆ ਤੇ ਹੁਣ ਇਹ ਖੁਦ ਫਸ ਗਏ ਕਿਉਂਕਿ ਹੁਣ ਤੇ ਉਹਨਾਂ ਦਾ ਹੱਕ ਬਣਦਾ ਨਾ ਕਿ ਇਹਨਾਂ ਦੀ ਵੀ ਪਰੋਲਾ ਪਰਾਲੀ ਹੋਵੇ ਜੀ ਇਹਨਾਂ ਨੂੰ ਵੀ ਦੇਖਿਆ ਜਾਵੇ ਕਿ ਇਹਨਾਂ ਨੇ ਜਿਹੜੇ ਫੰਡਿੰਗ ਦੇ ਨਾਂ ਤੇ ਜਿੰਨੀ ਕਰਪਸ਼ਨ ਕੀਤੀ ਹੈ ਜਿੰਨਾ ਇਹਨਾਂ ਨੇ ਮਨੀ ਲਾਂਡਰਿੰਗ ਕੀਤੀ ਹੈ ਉਹ ਵੀ ਤਾਂ ਹੁਣ ਸਾਰੇ ਅੱਗੇ ਆਉਣਗੇ ਨਾ ਉਹ ਵੀ ਤਾਂ ਪਿੱਛੇ ਨਹੀਂ ਰਹਿ ਜਾਣੇ ਇੱਕ ਮਿਸਾਲ ਮੈਂ ਤੁਹਾਨੂੰ ਹੋਰ ਦਿੰਦਾ ਕਿ ਇਹ 20,000 ਡਾਲਰ ਦਾ ਸਾਰਾ ਰੱਬ ਦਾ ਵਾਇਆ ਜੀ ਬਿਲਕੁਲ ਠੀਕ ਹੈ ਨਾ ਬਿਲਕੁਲ ਤੇ ਐਸੇ ਹੀ ਹੈ ਜਿਹੜਾ ਬਿਮਾਰ ਸ਼ਰੀਫ ਨੇ ਸਹੀ ਕਿੰਨਾ ਪੈਸਾ ਉਹ ਜਿਹੜਾ ਕੀ ਨਾ ਸਿਰਨਾ ਕਰ ਰਿਹਾ ਸੀ ਹਾਂਜੀ ਉਹ ਜਿਹੜੇ ਇਸਲਾਮਾਬਾਦ ਆ ਕੇ ਮਾਰਿਆ ਸੀ ਕੀ ਨਾ ਉਹਦਾ ਮੈਂ ਨਾ ਭੁੱਲ ਜਾਂਦਾ ਉਹਦਾ ਮੈਨੂੰ ਹਾਂਜੀ ਹਾਂਜੀ ਬਿਲਕੁਲ ਉਹਨੂੰ ਦਿੱਤਾ ਸੀ ਇਹਨਾਂ ਠੀਕ ਹੈ ਇਹਨੇ ਇਹਦੀ ਬੇਨਜ਼ੀਰ ਦੀ ਹਕੂਮਤ ਸੁੱਟਣ ਵਾਸਤੇ ਪਤਾ ਨਹੀਂ 25 ਬਿਲੀਅਨ ਇਹਨੇ ਉਹਨਾਂ ਕੋਲ ਲਿਆ ਸੀ ਇਹ ਸਾਰਾ ਖਾ ਕੇ ਸਾਰਾ ਕਰ ਗਿਆ ਸਭ ਇਹਨਾਂ ਦਾ ਕੋਈ ਦੀਨਮੰਦ ਹੈ ਹੀ ਨਹੀਂ ਇਹਨਾਂ ਦਾ ਦੀਨਮੰਦ ਹੀ ਸਾਰਾ ਪੈਸਾ ਤੇ ਦੇਖੋ ਨਾ ਸਲਾਬ ਦੇ ਨਾਲ ਕਿਸ ਤਰ੍ਹਾਂ ਉੱਥੇ ਜਲਾਲ ਭਾਈ ਦੁਨੀਆ ਬੱਚੇ ਮਰ ਰਹੇ ਨੇ ਫੈਮਲੀਆਂ ਦੀਆਂ ਫੈਮਲੀਆਂ ਔਰ ਸਾਡੇ ਤੁਸੀਂ ਦੇਖੋ ਬਾਜੀ ਸਾਡੇ ਬਹਾਦਰ ਸ਼ੇਰ ਫੌਜਾ ਫੌਜ ਦੇ ਸ਼ੇਰ ਬੜਾ ਅਫਸੋਸਨਾਕ ਜਨਾਬ ਹੋ ਗਏ ਸ਼ੇਰ ਇਹਨਾਂ ਨੂੰ ਡੋਬਿਆਂ ਨੂੰ ਬਚਾਉਣ ਵਾਸਤੇ ਗਏ ਸਨ ਡੋਬਿਆਂ ਨੂੰ ਦੇਖੋ ਨਾ ਇਹਨੂੰ ਕਹਿੰਦੇ ਨੇ ਸ਼ਹਾਦਤ ਇਹਨੂੰ ਕਹਿੰਦੇ ਨੇ ਕੰਮ ਕਰਨਾ ਹਾਲਾਂਕਿ ਸਾਡੇ ਜਰਨਲ ਦਾ ਤਾਂ ਕੰਮ ਨਹੀਂ ਸੀ ਸਰਫਰਾਜ਼ ਜਿਹੜਾ ਜਨਰਲ ਸਰਫਰਾਜ਼ ਜਨਰਲ ਉਹਨਾਂ ਦੇ ਬੱਚਿਆਂ ਨੂੰ